अजे भी छप्पड़ा की जिहड़ी मार है वह घर डुबा रही है। पंजाब हरियाणा लाइव देख रहे तमाम ही दर्शकों का मैं साहिलप्रीत सिंह स्वागत करदा। किते तां दस्या जांदा है कि पंजाब विच पिंडां दे जिहड़े विकास ओल नज़र आउंदे ने, पर कई पिंड अजे भी पानी दे हेठ विच डुब्बे ने। असीं अज पिंड पहुँचे हाँ जमालपुर तहसील बाबकला अमृतसर दे पिंड पहुँचे हाँ, जिथे कि अजे भी छप्पड़ा की जिहड़ी मार है वह घर डुबा रही है। किते किते तां दस्या जांदा है पिंड वालियां वल्लों कि जदों छप्पड़ दा पानी चढ़दा है ਸਾਡੇ ਗੋਡਿਆਂ ਤੋਂ ਉੱਪਰ ਤੱਕ ਪਾਣੀ ਘਰਾਂ ਦੇ ਵਿੱਚ। ਪਿੰਡ ਦੇ ਕੁਝ ਲੋਕ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮੇਜਰ ਸਿੰਘ। ਅੱਛਾ ਜੀ, ਕੀ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਪਿੰਡ ਦੇ ਵਿੱਚ? ਛੱਪੜ ਦਾ ਜਿਹੜਾ ਪਾਣੀ ਕਿੱਥੋਂ ਕਿੱਥੋਂ ਤੱਕ ਘਰਾਂ ਵਿੱਚ ਆ ਜਾਂਦਾ ਹੈ? ਪ੍ਰੋਬਲਮ ਬਹੁਤ ਜ਼ਿਆਦਾ ਹੈ ਜੀ, ਇੱਥੇ ਪ੍ਰੋਬਲਮ ਹੈ, ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ। ਇਹ ਛੱਪੜ ਦਾ ਪਾਣੀ ਨਿਕਾਸ ਹੀ ਨਹੀਂ ਕਿਤੇ ਹੈਗਾ ਜੀ, ਘਰਾਂ ਦੇ ਵਿੱਚ ਪਾਣੀਆਂ ਵੇਖ ਹੀ ਰਹੇ ਤੁਸੀਂ ਆ। ਕਿੰਨਾ ਟਾਈਮ ਹੋ ਗਿਆ ਵਿਕਾਸ ਹੋਏ ਨੂੰ? ਪੈਸਾ ਨਹੀਂ ਆ ਰਿਹਾ ਕੋਈ, ਤਾਂ ਗਰਾਂਟ ਆਵੇ ਤਾਂ ਵਿਕਾਸ ਹੋਵੇ, ਪੈਸਾ ਨਹੀਂ ਕੋਈ ਆ ਰਿਹਾ। ਸਰਕਾਰ ਕੋਲੋਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੋ ਮੰਗ ਕਰਨ ਰਹੇ ਹਾਂ ਸਰਕਾਰ ਕੋਲੋਂ ਵੀ ਸਾਡੇ ਕੀੜੇ ਅੰਦਰ ਹੀ ਵੜ ਜਾਂਦੇ ਆ ਜਦੋਂ ਪਾਣੀ ਚੜ੍ਹਦਾ ਨਾਲੀਆਂ ਦਾ। ਮਿਹਰਬਾਨੀ ਕਰਕੇ ਪੈਸਾ ਕਰਾਉਣ ਅਤੇ ਪਾਣੀ ਗਲਾਸ ਬਾਹਰ ਕਰਨ। ਕਿਤੇ ਤਾਂ ਘਰਾਂ ਵਿੱਚ ਪਾਣੀ ਵੜ ਕੇ ਡੇਂਗੂ ਦੀ ਬਿਮਾਰੀ ਹੋ ਜਾਂਦੀ ਹੈ, ਕਈ ਹੋਰ ਬਿਮਾਰੀਆਂ ਜਿਹੜੀਆਂ ਉਹ ਇਹਨਾਂ ਪੀੜਿਤ ਪਰਿਵਾਰਾਂ ਨੂੰ ਹੋ ਗਈਆਂ ਨੇ। ਨਾਲ ਪਿੰਡ ਦੇ ਸਰਪੰਚ ਸਾਹਿਬ ਜੋ ਇਸ ਵੇਲੇ ਜੁੜ ਚੁੱਕੇ ਨੇ, ਬਹਾਦਰ ਸਿੰਘ ਜੀ ਸਰਪੰਚ ਸਾਹਿਬ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਅਸੀਂ ਸਰਪੰਚ ਸਾਹਿਬ ਕੋਲੋਂ ਵੀ ਪੁੱਛਦੇ ਹਾਂ ਕਿ ਅਜੇ ਤੱਕ ਜਿਹੜਾ ਛੱਪੜਾਂ ਦਾ ਗੰਦਾ ਪਾਣੀ ਹੈ ਉਹ ਕਿਉਂ ਨਹੀਂ ਅਜੇ ਤੱਕ ਬਾਹਰ ਗਿਆ? ਲੋਕ ਪਾਣੀ ਵਿੱਚ ਕਿਉਂ ਡੁੱਬ ਰਹੇ ਨੇ? ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਨੇ। ਅਸੀਂ ਸਰਪੰਚ ਸਾਹਿਬ ਕੋਲੋਂ ਪੁੱਛਦੇ ਹਾਂ ਕਿ ਅਜੇ ਤੱਕ ਸਰਪੰਚ ਸਾਹਿਬ ਵਿਕਾਸ ਕਿਉਂ ਨਹੀਂ ਆਇਆ? ਦੋ ਇੱਥੇ ਗਲੀਆਂ ਅਸੀਂ ਬਣਾ ਦਿੱਤੀਆਂ ਪਿੰਡ ਦੀਆਂ, ਤਿੱਦਾਂ ਇੱਥੇ ਰਹਿ ਗਈਆਂ ਵਾ। ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਪੈਸੇ ਆਉਣ ਛੱਪੜ ਦੇ। ਛੱਪੜ ਦਾ ਕੋਈ ਪੈਸਾ ਨਹੀਂ ਅਜੇ ਤੱਕ ਆਇਆ। ਛੱਪੜ ਦੇ ਪੈਸੇ ਆਉਣ, ਅਸੀਂ ਇਹਦਾ ਪੂਰੇ ਪਾ ਕੇ ਪਾਣੀ ਬਾਹਰ ਕੱਢੀਏ। ਛੱਪੜ ਦੇ ਪੈਸੇ ਆਉਣ, ਛੱਪੜ ਦੀ ਗਰਾਂਟ ਆਵੇ, ਛੱਪੜ ਦੀ ਸਾਫ਼ ਸਫਾਈ ਤਾਂ ਹੋ ਸਕੇ। ਪਿੰਡ ਦੇ ਲੋਕਾਂ ਵੱਲੋਂ ਵੀ ਕੁਝ ਯਤਨ ਕੀਤੇ ਗਏ ਆ, ਗਲੀਆਂ ਨਾਲੀਆਂ ਦੀ ਸਫਾਈ ਵੀ ਕੀਤੀ ਆ, ਪਿੰਡ ਦੇ ਕੋਈ ਨੌਜਵਾਨਾਂ ਵੱਲੋਂ ਵੀ ਗਲੀਆਂ ਨਾਲੀਆਂ ਦੀ ਸਫਾਈ ਹੋਈ ਆ, ਲੇਕਿਨ ਪਿੰਡ ਦੇ ਵਿੱਚ ਛੱਪੜ ਦੀ ਗਰਾਂਟ ਨਾ ਆਉਣ ਕਰਕੇ ਜਿਹੜਾ ਇਹ ਪਿੰਡ ਆ ਉਹ ਪਾਣੀ ਦੀ ਮਾਰ ਵਿੱਚ ਡੁੱਬਿਆ ਹੋਇਆ ਆ। ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ? ਮੰਗ ਤਾਂ ਇਹੋ ਹੀ ਹੈ ਵੀ ਤਾਂ ਹੱਲ ਹੋਵੇ ਕੋਈ ਨਾ ਕੋਈ ਛੱਪੜ ਦਾ ਜੀ। ਅਜੇ ਤੱਕ ਮੰਨ ਲਓ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਗੰਦਾ ਹੋ ਗਿਆ ਛੱਪੜ ਦਾ ਕਰਕੇ। ਅਜੇ ਤੱਕ ਕਿਸੇ ਉੱਚ ਅਧਿਕਾਰੀ ਕੋਲੋਂ ਤੁਸੀਂ ਨਹੀਂ ਗਏ? ਨਹੀਂ ਜੀ, ਅਸੀਂ ਨਹੀਂ ਗਏ। ਇਹਨਾਂ ਪਹੁੰਚ ਕੀਤੀ ਹੈ, ਪੰਚਾਇਤ ਨੇ, ਡੀਸੀ ਤੱਕ ਕੀਤੀ ਹੈ। ਆਉਂਦੇ ਮੌਕਾ ਵੇਖਾਂਗੇ, ਪਤਾ ਜੇ ਤੱਕ ਮੌਕਾ ਵੇਖਣ ਆ ਰਹੇ ਹਾਂ। ਸਰਪੰਚ ਸਾਹਿਬ ਨੇ ਅੱਜ ਤੱਕ ਕਿਸੇ ਉੱਚ ਅਧਿਕਾਰੀ ਕੋਲ ਮਾਰ ਨਹੀਂ ਕੀਤੀ? ਨਹੀਂ, ਪਤਾ ਨਹੀਂ ਜੀ। ਅਸੀਂ ਤਾਂ ਸਰਪੰਚ ਸਾਹਿਬ ਨੂੰ ਕਹਿਣਾ, ਇਹ ਗਾੜੀ ਕਹਿਣ ਨਾ ਕਹਿਣਾ, ਇੱਥੇ ਆਉਂਦੇ ਐਮ ਐਲ ਏ ਆਉਂਦੇ ਆ, ਚਾਹ ਪਾਣੀ ਪੀ ਕੇ ਪਕੌੜੇ ਖਾ ਕੇ ਚੱਲ ਜਾਂਦੇ ਆ, ਐਮ ਐਲ ਏ ਨੂੰ ਇੱਥੇ ਲਿਆਉਣ, ਤਾਂ ਹੀ ਹੋਵੇ ਪਿੰਡ ਦਾ। ਇੱਥੇ ਇੱਕ ਹੋਰ ਸਵਾਲ ਜੁੜ ਚੁੱਕਾ ਹੈ, ਅਸੀਂ ਸਰਪੰਚ ਸਾਹਿਬ ਕੋਲੋਂ ਵੀ ਪੁੱਛਦੇ ਹਾਂ ਇਹ ਸਵਾਲ ਕਿ ਸਰਪੰਚ ਸਾਹਿਬ ਜੀ, ਤੁਸੀਂ ਕਿਸੇ ਉੱਚ ਅਧਿਕਾਰੀ ਕੋਲ ਅਜੇ ਤੱਕ ਨਹੀਂ ਗਏ? ਕਿਸੇ ਉੱਚ ਅਧਿਕਾਰੀ ਕੋਲ ਅਜੇ ਤੱਕ ਤੁਸੀਂ ਇਸ ਗੱਲ ਦੀ ਜਿਹੜੀ ਜਾਣਕਾਰੀ ਉਹ ਨਹੀਂ ਦਿੱਤੀ? ਐਮ ਐਲ ਏ ਕੋਲ ਗਏ 3 ਵਾਰਾਂ। ਠੀਕ ਹੈ ਜੀ, ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਨੇ ਕਹਿਣਾ ਵੀ ਅਸੀਂ ਕਰਾਂਗੇ, ਆਵਾਂਗੇ ਤੁਹਾਡੇ ਪਿੰਡ 'ਚ ਬਣਾਵਾਂਗੇ, ਪਰ ਨਹੀਂ, ਕੁਝ ਨਹੀਂ ਬਣਿਆ। ਅਜੇ ਤੱਕ ਕੋਈ ਉੱਚ ਅਧਿਕਾਰੀ ਇਸ ਪਿੰਡ ਵਿੱਚ ਨਹੀਂ ਪਹੁੰਚਿਆ? ਨਹੀਂ ਪਹੁੰਚਿਆ, ਪਰ ਇਹ ਛੱਪੜ ਬਾਰੇ ਨਹੀਂ ਪਹੁੰਚਿਆ ਕੋਈ ਵੀ। ਸਰਪੰਚ ਸਾਹਿਬ ਦੇ ਬਿਆਨ ਨੇ ਕਿ ਉੱਚ ਅਧਿਕਾਰੀ ਕੋਲ ਤਾਂ ਅਸੀਂ ਜਿਹੜੀ ਉਹ ਮਾਰ ਕੀਤੀ ਹੈ, ਲੇਕਿਨ ਕਿਸੇ ਉੱਚ ਅਧਿਕਾਰੀ ਨੇ ਅਜੇ ਤੱਕ ਇਸ ਪਿੰਡ ਵਿੱਚ ਆ ਕੇ ਇਸ ਛੱਪੜ ਨੂੰ ਨਹੀਂ ਦੇਖਿਆ, ਮੌਕਾ ਨਹੀਂ ਦੇਖਿਆ। ਸਾਡੇ ਭਾਅ ਜੀ, ਪਾਣੀ ਦਾ ਵਿਕਾਸ ਹੋਣਾ ਚਾਹੀਦਾ, ਪਾਣੀ ਨਹੀਂ ਕਿਸੇ ਪਾਸੇ ਨਿਕਲਦਾ। ਆ ਵੇਖ ਲਓ, ਤੁਹਾਨੂੰ ਦੱਸਣੀ ਆ ਜੋ ਕੁਛ ਹੈਗਾ ਇੱਥੇ ਵਿੱਚ ਪਾਣੀ ਭਰਦਾ ਹੈ ਤੇ ਪਾਣੀ ਘਰਾਂ ਵਿੱਚ, ਪਾਣੀ ਘਰਾਂ ਨੂੰ ਆਉਂਦਾ ਵਾ, ਵਾਪਸ ਘਰਾਂ 'ਚ ਜਾਂਦਾ, ਗਾੜੀ ਦੇ ਕਿਸੇ ਪਾਸੇ ਜਾਂਦਾ ਹੀ ਨਹੀਂ। ਕੀ ਮੰਗ ਹੈ ਤੁਹਾਡੀ ਸਰਕਾਰ ਕੋਲੋਂ? ਆ ਵੀ ਸਾਡੀ ਸਾਰੀ ਪਾਣੀ ਨਾਲ ਭਰ ਜਾਂਦੀ ਹੈ ਜਦੋਂ ਮੀਂਹ ਪੈਂਦਾ। ਮੰਗ ਇਹੋ ਹੀ ਆ ਕਿ ਸਾਡਾ ਪਾਣੀ ਕਿਸੇ ਨਾ ਕਿਤੇ ਨਿਕਲਣਾ ਚਾਹੀਦਾ ਵਾ, ਛੱਪੜ ਸਾਫ਼ ਹੋ ਜਾਏ, ਸਾਫ਼ ਹੋ ਜਾਏ ਛੱਪੜ, ਇਹੋ ਹੀ ਆ, ਗਲੀਆਂ ਸਾਫ਼ ਹੋ ਜਾਣ ਅਤੇ ਗਲੀਆਂ ਜਿੱਥੇ ਬਣਨ ਵਾਲੀਆਂ ਬਣਨੀਆਂ ਚਾਹੀਦੀਆਂ ਵਾ। ਐਸੀ ਜੀ, ਪਿੰਡ ਜਮਾਲਪੁਰ ਦੇ ਉਹ ਪੀੜਤ ਲੋਕ ਜਿਨ੍ਹਾਂ ਨੂੰ ਅਜੇ ਤੱਕ ਛੱਪੜ ਦਾ ਵਿਕਾਸ ਜਿਹੜਾ ਉਹ ਨਹੀਂ ਹੋਇਆ ਅਤੇ ਇਨਸਾਫ ਨਹੀਂ ਮਿਲ ਰਿਹਾ। ਅਸੀਂ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਹਾਂ ਕਿ ਇਸ ਪਿੰਡ ਦੀ ਜਿਹੜੀ ਨੁਹਾਰ ਹੈ ਉਸ ਨੂੰ ਚੇਂਜ ਕੀਤਾ ਜਾਵੇ ਅਤੇ ਇਸ ਪਿੰਡ ਦਾ ਵਿਕਾਸ ਕੀਤਾ ਜਾਵੇ। ਪੰਜਾਬ ਹਰਿਆਣਾ ਲਾਈਵ ਤੋਂ ਸਾਹਿਲਪ੍ਰੀਤ ਸਿੰਘ ਦੀ ਰਿਪੋਰਟ।